एक इतिहास का पन्ना आज साझा करिए। बड़ा एक प्यारा नगर है जिसनु सियालकोट की धरती आख्या जाता है। इस सियालकोट नु राजे सलवान की औलाद ने बहुत रौनक बख्शियां, इतने बड़ा कुछ उन्हें बनाया है। इतने बाग बड़े बड़े बड़े, इतने महल के किले बड़े 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 हैं। गुरु प्यारियो इस धन वास्ते नगर के बहुत घड़ी संगत रही, बहुत घड़ी जनता रही है, बहुत सारे लोग वसते ने, हमेशा हसते वसते रसते रहते ने। लेकिन अचनचेत एक दिन ऐसा भाणा वापरिया, इथे इस शहर के बड़ी वड्डी एक मसीत है, ते मसीत का पैरोकार, मसीत का जेड़ा मुखी है, इथे पीर कहाउण वाला जिसका नाम सी पीर हमदा बांस, ਇਹ ਵੀ ਆਪਣੇ ਡੇਰੇ ਦੇ ਵਿੱਚ ਰਹਿੰਦਾ ਹੈ। ਬੜੀ ਹੋਈ ਹੈ ਜਿਸ ਦੇ ਵਿੱਚ ਪੀਰ ਹਮਜ਼ਾ ਗੌਸ ਰਹਿੰਦਾ ਹੈ। ਲੇਕਿਨ ਇਹ ਪੀਰ ਅਖਵਾਉਂਦਾ ਤੇ ਜ਼ਰੂਰ ਹੈ, ਲੇਕਿਨ ਇਹਦੇ ਵਿੱਚ ਗੁਣ ਪੀਰਾਂ ਵਾਲਾ ਕੋਈ ਨਹੀਂ। ਸੱਚ ਜਾਣਿਆ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਬੜੀ ਡੰਕੇ ਦੀ ਚੋਟ ਤੇ ਬੜੀ ਤਕੜੀ ਗੱਲ ਆਖੀ। ਉਹ ਕਹਿੰਦੇ ਕੋਈ ਵੀ ਦੁਨੀਆਂ ਦਾ ਧਰਮ ਹੈ ਸਾਰੇ ਚੰਗੇ ਨੇ, ਪਰ ਇੱਕ ਗੱਲ ਜ਼ਰੂਰ ਹੈ, ਘੱਟੋ ਘੱਟ ਬੰਦਾ ਆਪਣੇ ਧਰਮ ਦੇ ਵਿੱਚ ਤੇ ਪੱਕਾ ਹੋਵੇ ਨਾ। ਲੱਛਣ ਬ੍ਰਹਮ ਗਿਆਨੀ ਹੋਏ ਤੇ ਕਹਿੰਦੇ ਜੇ ਇਹ ਗੁਣ ਮੌਜੂਦ ਨਹੀਂ ਤੇ ਫਿਰ ਇਹ ਹਾਲਤ ਨਾ ਹੋਵੇ ਕਿਤੇ ਬਾਣਾ ਪਾ ਲਿਆ, ਜਿੱਡੀਆਂ ਵੱਡੀਆਂ ਮਰਜ਼ੀ ਗਲ ਵਿੱਚ ਮਾਲਾ ਪਾ ਲਓ ਗੱਲ ਨਹੀਂ ਬਣੇਗੀ, ਜਿੰਨਾ ਸਮਾਂ ਸਵਾਸਾਂ ਦੀ ਮਾਲਾ ਦੇ ਨਾਲ ਦਾਤੇ ਦਾ ਸਿਮਰਨ ਕੋਈ ਨਹੀਂ ਹੁੰਦਾ। ਹਜ਼ੂਰ ਨੇ ਤੇ ਇੱਥੋਂ ਤੱਕ ਆਖ ਦਿੱਤਾ, ਕਹਿੰਦੇ ਗਲੀ ਜਿੰਨਾ ਜਪ ਮਾਲੀਆਂ, ਮਾਲਾ ਨੂੰ ਕਹਿੰਦੇ ਨੇ, ਕਹਿੰਦੇ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨ ਬੱਗ, ਉਹ ਹਰ ਕੇ ਸੰਤ ਨਾ ਆਖੀਆ ਬਾਨਾਸ ਕੇ ਠੱਗ। ਗੁਰੂ ਮਹਾਰਾਜ ਜੀ ਨੇ ਫੈਸਲਾ ਕੀਤਾ ਹੈ। ਇੱਕ ਸਤਿਕਾਰਯੋਗ ਹਿੰਦੂ ਵੀਰ, ਇੱਕ ਸੇਠ ਪੰਡਿਤ ਆਇਆ, ਉਹਨੇ ਆ ਕੇ ਸਜਦਾ ਕੀਤਾ। ਇਹਦੇ ਨਾਲ ਇਹਦਾ ਪਰਿਵਾਰ ਸੀ, ਇਹਦੇ ਤਿੰਨ ਬੱਚੇ ਨੇ, ਇਹਦੇ ਘਰ ਵਾਲੀ ਏ। ਜਦੋਂ ਆ ਕੇ ਇਹਦੇ ਤਿੰਨੋਂ ਪੁੱਤਰਾਂ ਨੇ ਸਜਦਾ ਕੀਤਾ ਨਾ, ਤੇ ਉਸ ਵੇਲੇ ਪੀਰ ਦੀਆਂ ਨਜ਼ਰਾਂ ਇਸ ਸੇਠ ਦੇ ਪੁੱਤਰ ਤੇ ਪਈਆਂ। ਜਦੋਂ ਸੇਠ ਦੇ ਪੁੱਤਰ ਤੇ ਨਜ਼ਰਾਂ ਪੈ ਗਈਆਂ, ਪੀਰ ਨੇ ਉਸ ਵੇਲੇ ਇੱਕ ਵਚਨ ਕੀਤਾ, ਇੱਕ ਸਵਾਲ ਕੀਤਾ, ਆਖਣ ਲੱਗਿਆ ਸੇਠ ਜੀ ਇਹ ਬੱਚੇ ਕੌਣ ਨੇ? ਸੇਠ ਕਹਿੰਦਾ ਮੇਰੇ ਜਾਨ ਤੋਂ ਪਿਆਰੇ ਪੁੱਤ ਹਨ। ਸੱਚ ਹੈ ਪੁੱਤਰ ਤੇ ਮਾਪਿਆਂ ਨੂੰ ਜਾਨ ਤੋਂ ਵੀ ਵੱਧ ਕੇ ਪਿਆਰੇ ਹੋਇਆ ਕਰਦੇ ਨੇ। ਕਹਿੰਦੇ ਚੰਨ ਵਰਗੇ ਮੇਰੇ ਲਾਲ ਹਨ, ਮੇਰੇ ਤਿੰਨ ਪੁੱਤਰ ਨੇ ਪੀਰ ਜੀ। ਤੇ ਪੀਰ ਨੇ ਉਸ ਵੇਲੇ ਇੱਕ ਗੱਲ ਆਖੀ, ਕਹਿਣ ਲੱਗਿਆ ਵੀ ਗੱਲ ਇਸ ਤਰ੍ਹਾਂ ਹੈ, ਇਹਨਾਂ ਦੇ ਵਿੱਚੋਂ ਇੱਕ ਪੁੱਤਰ ਮੈਨੂੰ ਚਾਹੀਦਾ, ਵੱਡਾ ਪੁੱਤਰ, ਤੇਰਾ ਲਾਡਲਾ ਪੁੱਤਰ, ਆਪਣੇ ਪੁੱਤਰ ਨੂੰ ਮੇਰੇ ਡੇਰੇ ਤੇ ਇਸ ਮਜ਼ਾਰ ਚੰਗੀ ਗੱਲ ਆਖੀ ਸੀ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਜਦੋਂ ਸਿੱਧਾ ਜੋਗੀਆਂ ਕੋਲ ਗਏ, ਉਹਨਾਂ ਸਵਾਲ ਕੀਤਾ ਸੀ, ਪਾਤਸ਼ਾਹ ਤੁਹਾਨੂੰ ਤੇ ਪੀਰ ਆਖਦੇ ਨੇ, ਤੁਹਾਨੂੰ ਤੇ ਗੁਰੂ ਆਖਦੇ ਨੇ, ਲੋਕ ਆਪਣਾ ਮੁਰਸ਼ਿਦ ਆਖਦੇ ਨੇ, ਤੇ ਤੁਸੀਂ ਤੇ ਵਿਆਹ ਕਰਵਾਇਆ ਹੋਇਆ, ਤੁਹਾਡੇ ਤੇ ਬੱਚੇ ਵੀ ਹਨ, ਤੁਸੀਂ ਤੇ ਗ੍ਰਿਸ਼ਤੀ ਹੋ, ਗ੍ਰਿਸ਼ਤੀ ਰਹਿ ਕੇ ਕਿਤੇ ਦਾਦੇ ਨਾਲ ਮਿਲਾਪ ਥੋੜੀ ਹੋ ਸਕਦਾ ਹੈ, ਕੰਮ ਕਾਰ ਕੋਈ ਨਹੀਂ ਮੁੱਕਦਾ। ਉਸ ਵੇਲੇ ਮੇਰੇ ਦਾਦੇ ਨੇ ਬੜੀ ਚੰਗੀ ਗੱਲ ਆਖੀ ਸੀ, ਉਹ ਆਖਣ ਲੱਗੇ ਉਹ ਸਿੱਧੋ, ਉਹ ਜੋਗੀਓ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਛੱਕਦੇ ਕੀ ਹੋ?
ਕਹਿੰਦੇ ਜੀ ਪ੍ਰਸ਼ਾਦਾ ਛੱਕ ਦੇਵਾਂ ਤੁਹਾਡੇ ਵਾਂਗੀ, ਤੇ ਕਹਿੰਦੇ ਮੈਨੂੰ ਤੁਹਾਡੇ ਰੇੜੇ ਤੇ ਕੋਈ ਚੁੱਲ੍ਹਾ ਨਜ਼ਰੀ ਨਹੀਂ ਆਉਂਦਾ, ਕੋਈ ਤਵਾ ਨਜ਼ਰੀ ਨਹੀਂ ਆਉਂਦਾ, ਇੱਥੇ ਪ੍ਰਸ਼ਾਦਾ ਬਣਾਉਣ ਦਾ ਕੋਈ ਸਾਧਨ ਨਜ਼ਰੀ ਨਹੀਂ ਆਉਂਦਾ, ਤੇ ਪ੍ਰਸ਼ਾਦਾ ਛੱਕਦੇ ਕਿੱਥੋਂ? ਕਹਿੰਦੇ ਜੀ ਅਸੀਂ ਘਰਾਂ ਦੇ ਵਿੱਚੋਂ ਜਾ ਕੇ ਮੰਗ ਕੇ ਲੈ ਕੇ ਆਈਦਾ। ਸਤਿਗੁਰੂ ਕਹਿੰਦੇ ਕਿਹਨਾਂ ਦੇ ਘਰਾਂ ਦੇ ਵਿੱਚੋਂ? ਕਹਿੰਦੇ ਜਿਹੜੇ ਗ੍ਰਿਸ਼ਤੀ ਲੋਕ ਨੇ। ਸਤਿਗੁਰੂ ਕਹਿੰਦੇ ਉਹਨਾਂ ਦੇ ਘਰਾਂ ਵਿੱਚੋਂ ਮੰਗ ਕੇ ਖਾਂਦੇ ਹੋ ਤੇ ਮਾੜਾ ਵੀ ਉਹਨਾਂ ਨੂੰ ਆਖਦੇ ਹੋ, ਉਹ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹੋ। ਜੇ ਦਾਤੇ ਨੂੰ ਪਾਉਣਾ ਤੇ ਆਪਣੇ ਪਰਿਵਾਰਾਂ ਵਿੱਚ ਰਹਿ ਕੇ ਵੀ ਦਾਤੇ ਦੀ ਪ੍ਰਾਪਤੀ ਹੋ ਸਕਦੀ ਹੈ, ਲੇਕਿਨ ਕੁਝ ਗੁਣ ਹਨ ਬੰਦੇ ਦੇ ਵਿੱਚ ਮੌਜੂਦ ਹੋਣੇ ਚਾਹੀਦੇ। ਕਿਰਤ ਕਰੋ, ਵੰਡ ਕੇ ਛਕੋ ਤੇ ਨਾਮ ਜਪੋ। ਜਿਹੜਾ ਨਾਮ ਜਪਦਾ, ਕਿਰਤ ਕਰਦਾ, ਵੰਡ ਕੇ ਛਕਦਾ, ਉਹ ਦਾਤੇ ਦੇ ਦਰ ਪ੍ਰਵਾਨ ਹੋਇਆ ਕਰਦਾ। ਇਹ ਗੱਲਾਂ ਮੇਰੇ ਪਾਤਸ਼ਾਹ ਨੇ ਆਖੀਆਂ, ਬੜੀ ਪਿਆਰੀ ਗੱਲ ਭਗਤਾਂ ਦੀ ਆਈ ਗੁਰਬਾਣੀ ਦੇ ਅੰਦਰ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ। ਭਗਤ ਨਾਮ ਜਪ ਜੀ ਕਿਤੇ ਕੋਈ ਕੰਮ ਕਰਦੇ ਪਏ ਨੇ, ਨੇੜਿਓਂ ਦੀ ਲੰਘਣ ਲੱਗੇ ਭਗਤ ਤਰਲੋਚਨ ਜੀ, ਉਹਨਾਂ ਸਵਾਲ ਕਰ ਦਿੱਤਾ। ਉਹ ਕਹਿੰਦੇ ਲੱਗਦਾ ਤੂੰ ਦਾਦੇ ਨੂੰ ਵਿਸਾਰ ਦਿੱਤਾ, ਤੂੰ ਉਸ ਅੱਲਾ ਉਸ ਰਾਮ ਨੂੰ ਵਿਸਾਰ ਦਿੱਤਾ, ਤੂੰ ਭਗਵਾਨ ਨਾਲ ਟੁੱਟ ਗਿਆ। ਭਗਤ ਜੀ ਕਹਿੰਦੇ ਕਿੱਦਾਂ? ਕਹਿੰਦੇ ਤੁਸੀਂ ਤੇ ਕੰਮ ਪਏ ਕਰਦੇ ਹੋ, ਤੁਹਾਡੇ ਤੇ ਹੱਥ ਜਿਹੜੇ ਕਾਰ ਵੱਲ ਲੱਗੇ ਹੋਏ ਨੇ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲ ਰਾਮ ਨਾ ਲਾਵੋ ਚੀਤ। ਕਹਿੰਦੇ ਕੰਮ ਵਿੱਚ ਹੀ ਰੁੱਝਾ, ਕਿਤੇ ਰਾਮ ਵੀ ਜਪ ਲਿਆ ਕਰ। ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ, ਚਿੱਤ ਉਸ ਦਾਤੇ ਦੇ ਨਾਲ। ਕਹਿੰਦੇ ਚਿੱਤ ਉਸ ਯਾਰ ਵੱਲ ਤੇ ਹੱਥ ਕਾਰ ਵੱਲ ਹੋਣਾ ਚਾਹੀਦਾ ਹੈ। ਆਓ ਗੁਰੂ ਮਹਾਰਾਜ ਕਿਰਪਾ ਕਰਨ। ਉਸ ਵੇਲੇ ਇਹ ਪੀਰ ਨੇ ਆਖਿਆ ਕਿ ਇੱਕ ਬੱਚਾ ਮੈਨੂੰ ਚਾਹੀਦਾ। ਹੁਣ ਸੇਠ ਨੇ ਆਪਣੇ ਘਰ ਵਾਲੀ ਵੱਲ ਵੇਖਿਆ, ਘਰ ਵਾਲੀ ਦੇ ਨੈਣਾਂ ਵਿੱਚੋਂ ਹੰਝੂ ਪਏ ਵਗਦੇ ਹਨ। ਸੇਠ ਨੇ ਆਪਣੇ ਪੁੱਤਰ ਵੱਲ ਵੇਖਿਆ, ਮੋਹ ਜਾਗਿਆ, ਤੇ ਜੋ ਪੀਰ ਨੂੰ ਇਹ ਸੇਠ ਜਵਾਬ ਦਿੰਦਾ ਉਹ ਸਤਰਾ ਕਵੀ ਦੀ ਕਲਮ ਨੇ ਅੰਕਿਤ ਕੀਤੀ ਹੈ, ਤੇ ਢਾਡੀ ਕਥਾ ਇਉਂ ਬੇਨਤੀ ਪਿਆ ਕਰਦਾ ਵੇ।
आस्था है किसे दी श्रद्धा है कोई माया चढ़ाउंदा है कोई सोना चढ़ाउंदा है कोई जमीन जायदाद दान करदा है वो भी अपनी समर्था दे अनुसार ते आ तुसी पुत्रां दी मंग करी जांदे हो पुत्र नहीं मैं दे सकदा जे चाहो ते पुत्र दे बरोबर दी माया जोक के दे देंदा हां बेशक मेरे घर बार ते कब्जा कर लवो जमीन जायदाद मेरी लै लवो जिन्नी मेरी दुकान दे उत्ते माया पई जिन्ने गहने पए ने लै लवो पुत्र दे बरबर दा सोना ते तोल के दे सकदा लेकिन पुत्र मजार ते चढ़ा नहीं सकदा पुत्रां दीआं कदरां नूं तुसीं जाणदे नहीं। शेर ने बड़ी चंगी गल आखी कहिंदे इह जिहड़ियां दातां ने दाते दीआं दित्तीआं होईआं दातां है पुत्र किते एवें नहीं मिल जांदे वड्डे कर्म होण तां धीआं ते पुत्रां दीआं दातां नसीब होंदीआं है। कहिंदे वड्डे वड्डे इतिहासां वल नजरां मार के वेखो पुत्रां दे विछोड़े जरमे बड़े औखे होया करदे हन। इतिहास पढ़ो जदों 14 साल दा बनवास कट्टण वास्ते श्री रामचंद्र ते लक्ष्मण तुरन लगे ना नाले पिता ने बनवास भी आप दिता सजा भी आप दिती है तुरन लगे ने राम ते लक्ष्मण हुण दशरथ वेखी जांदा है जदों महल दे विच्चों दरवाजे चो बाहर निकले दरवाजे तक पहुंच गया मेन डोर ते पहुंचया देखदा रहा जिवें जिवें पुत्र तुरे जांदे देखदा रहा जदों दिसणों हट गए ना पौड़ियां चढ़िया पौड़ियां चढ़ के ते महल दी छत ते चलिया गया दूर तक पुत्रां नूं वेखदा रहा पुत्र जिन्ना समा दिसदे रहे जिउंदा रहा जदों पुत्र अखां तों परे हो गए ना ते पुत्रां दा दुख झलना होया विछोड़ा झलना होया महल तो छाल मार के ते अपनी जान दे दित्ती। ऐसा हुंदा है पुत्रां दा विछोड़ा पुत्रां दे विछोड़े झलने बड़े औखे ने पुत्र किते एवें नहीं मिल जांदे। सेठ ने आखिया बड़ी चंगी गल है पीर जी तुसी मंग ते कीती माया मंग लैंदो इत्थे ते लोगां ने बड़े वड्डे मुल तार तार के अपने पुत्रां नूं पाया है। कहिंदे इतिहास पढ़ो सरवण भगत दा सच जाणिया जे जदों सरवण भगत दा नाम आउंदा है ना रसना ते इउं जापदा जिवें रसना ते मिश्री घुल गई होवे
ਇਉਂ ਜਾਪਦਾ ਜਿਵੇਂ ਸ਼ਾਇਦ ਭੁੱਲ ਗਿਆ ਹੋਵੇ, ਇੰਨਾ ਮਿੱਠਾ ਨਾਮ ਹੈ। ਅੱਜ ਲੋੜ ਹੈ ਕਿਤੇ ਸਾਡੇ ਬੱਚੇ ਸਰਵਣ ਵਰਗੇ ਬਣ ਜਾਣ, ਅੱਜ ਲੋੜ ਹੈ ਕਿਤੇ ਸਰਵਣ ਵਾਂਗੂ ਆਪਣੇ ਮਾਪਿਆਂ ਦੀ ਸੇਵਾ ਕਰਨ, ਪਰ ਅੱਜ ਸਾਡੇ ਬੱਚੇ ਮਾਇਆ ਵੱਲੋਂ ਮਾਫ ਕਰਿਆ ਜੇ ਆਪਣਾ ਚਿੱਤ ਮੋੜ ਕੇ ਤੇ ਮਾਪਿਆਂ ਨੂੰ ਸਾਂਭਣ ਵਾਸਤੇ ਤਿਆਰ ਨਹੀਂ। ਇੱਕ ਗੱਲ ਮੈਂ ਇਹ ਵੀ ਆਖ ਦੇਵਾਂ, ਕਿਤੇ ਭੁਲੇਖਾ ਨਾ ਰਹੇ, ਜੋ ਬੰਦਾ ਆਪ ਕਰਦਾ ਹੈ ਉਸ ਦੇ ਨਾਲ ਵਾਪਰਦਾ ਜ਼ਰੂਰ ਹੈ, ਭਾਵੇਂ ਸਮਾਂ ਪੈ ਕੇ ਵਾਪਰੇ। ਇੱਕ ਬੜੀ ਪੁਰਾਣੀ ਗਾਥਾ ਮੈਨੂੰ ਯਾਦ ਆਈ, ਕਹਿੰਦੇ ਇੱਕ ਬੰਦਾ ਆਪਣੇ ਬਜ਼ੁਰਗ ਨੂੰ ਦਰਿਆ ਵਿੱਚ ਸੁੱਟਣ ਵਾਸਤੇ ਚਲਿਆ ਗਿਆ। ਕਹਿੰਦਾ ਬਾਪੂ ਘਰੇ ਤੂੰ ਖੰਘਦਾ ਹੀ ਰਹਿੰਦਾ ਹੈ, ਘਰੇ ਤੇ ਤੂੰ ਬੜਾ ਤੰਗ ਕਰਦਾ ਹੈ, ਚੱਲ ਤੈਨੂੰ ਦਰਿਆ ਵਿੱਚ ਸੁੱਟ ਕੇ ਆਉਣਾ ਵਾ। ਆਪਣੇ ਪੁੱਤਰ ਨੂੰ ਨਾਲ ਲਿਆ, ਛੋਟਾ ਜਿਹਾ ਪੁੱਤਰ ਨਾਲ ਸੀ ਉਸ ਬਜ਼ੁਰਗ ਦਾ ਪੋਤਰਾ। ਜਦੋਂ ਪੁੱਤਰ ਨੇ ਮੋਢਿਆਂ ਤੇ ਘਨੇੜਿਆਂ ਤੇ ਚੁੱਕਿਆ ਹੋਇਆ ਆਪਣੇ ਬਾਪ ਨੂੰ ਦਰਿਆ ਦੇ ਵਿੱਚ ਸੁੱਟਣ ਲੱਗਿਆ ਨਾ, ਤੇ ਬਾਪੂ ਨੇ ਇੱਕ ਗੱਲ ਆਖੀ, ਕਹਿੰਦਾ ਪੁੱਤਰਾ ਸੁੱਟਣ ਤੇ ਆ ਗਿਆ, ਪਰ ਥੋੜ੍ਹਾ ਜਿਹਾ ਅੱਗੇ ਕਰਕੇ ਸੁੱਟੇ ਤੇ ਬੜੀ ਚੰਗੀ ਗੱਲ ਹੈ। ਬੜੇ ਨਹੋਰੇ ਦੇ ਨਾਲ ਆਖਣ ਲੱਗਿਆ, ਕਹਿੰਦਾ ਬਾਪੂ ਤੈਨੂੰ ਘਰੇ ਪ੍ਰਸ਼ਾਦਾ ਪਸੰਦ ਨਹੀਂ ਆਉਂਦਾ, ਤੈਨੂੰ ਘਰੇ ਬਿਸਤਰਾ ਪਸੰਦ ਨਹੀਂ ਆਉਂਦਾ, ਤੇ ਇੱਥੇ ਮਰਨਾ ਵੀ ਪਸੰਦ ਨਹੀਂ। ਕਹਿੰਦਾ ਅੱਗੇ ਸੁੱਟ ਕਦੇ ਪਿੱਛੇ ਸੈਟੋ। ਕਹਿੰਦਾ ਪੁੱਤਰਾ ਦਰਅਸਲ ਗੱਲ ਹੋਰ ਹੈ, ਤੂੰ ਸਮਝਿਆ ਨਹੀਂ, ਕਦੇ ਮੈਂ ਆਪਣੇ ਬਾਪੂ ਨੂੰ ਸੁੱਟਣ ਵਾਸਤੇ ਆਇਆ ਸੀ, ਆ ਜਿੱਡਾ ਕੁ ਤੇਰਾ ਪੁੱਤਰ ਹੈ ਨਾ ਉਦੋਂ ਤੂੰ ਮੇਰੇ ਨਾਲ ਸੀ, ਤੈਨੂੰ ਯਾਦ ਹੋਣਾ ਮੈਂ ਸੁੱਟਣ ਵਾਸਤੇ ਆਇਆ ਸਾਂ। ਮੈਂ ਇਸ ਕਰਕੇ ਕਹਿੰਦਾ ਕਿ ਉਦੋਂ ਇੱਥੇ ਕੁ ਪਾਣੀ ਜ਼ਿਆਦਾ ਸੀ, ਇੱਥੇ ਮੈਂ ਆਪਣੇ ਬਾਪੂ ਨੂੰ ਸੁੱਟ ਕੇ ਗਿਆ ਸਾਂ, ਮੈਨੂੰ ਥੋੜ੍ਹਾ ਅੱਗੇ ਕਰਕੇ ਸੁੱਟ ਦੇ, ਪਾਣੀ ਦਾ ਕੀ ਪਤਾ ਖਬਰੇ ਹੋਰ ਘੱਟ ਜਾਵੇ, ਜਦੋਂ ਤੇਰਾ ਪੁੱਤ ਸੁੱਟਣ ਆਵੇਗਾ ਇਸ ਤੋਂ ਵੀ ਅੱਗੇ ਸੁੱਟੇਗਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਉੱਥੋਂ ਆਪਣੇ ਬਾਪੂ ਨੂੰ ਮੁੜ ਕੇ ਲੈ ਆਇਆ। ਅੱਜ ਵੀ ਮੈਂ ਕਹਿੰਦਾ ਚੰਗਾ ਸੀ ਸਮਝ ਗਿਆ। ਅੱਜ ਦੇ ਬੱਚੇ ਮੈਂ ਵੇਖਿਆ ਜਿਹੜੇ ਬਾਪੂ ਨੇ ਸਾਰੀ ਉਮਰ ਗਾਲ ਦਿੱਤੀ ਵਿਦੇਸ਼ਾਂ ਦੇ ਵਿੱਚ, ਸਾਰੀ ਉਮਰ ਗਾਲ ਦਿੱਤੀ ਪਰਿਵਾਰਾਂ ਨਾਲੋਂ ਵਿਛੋੜੇ ਝੱਲ ਝੱਲ ਕੇ, ਸਾਰੀ ਉਮਰ ਆਪਣੇ ਹੱਡ ਗਾਲ ਦਿੱਤੇ, ਆਪਣੇ ਬਾਪੂ ਦੀ ਗੱਡੀ ਲਈ ਹੋਈ ਹੈ, ਬਾਪੂ ਨੇ ਲੈ ਕੇ ਦਿੱਤੀ ਪੈਸਿਆਂ ਦੇ ਨਾਲ, ਤੇ ਜੇ ਕਿਤੇ ਬਾਪੂ ਕਹਿੰਦਾ ਪੁੱਤਰਾ ਮੈਨੂੰ ਖੰਘ ਆਉਂਦੀ ਹੈ ਜਾਂ ਮੈਨੂੰ ਬੁਖਾਰ ਹੋਇਆ ਹਸਪਤਾਲ ਜਾਣਾ, ਤੇ ਅੱਗੋਂ ਪੁੱਤਰ ਬੜਾ ਚੰਦਰਾ ਜਿਹਾ ਜਵਾਬ ਦਿੰਦਾ। ਕਿਹੜਾ ਜਵਾਬ? ਬਾਪੂ ਤੂੰ ਤੇ ਥੁੱਕ ਥੁੱਕ ਕੇ ਗੱਡੀ ਭਰ ਦੇਣੀ ਹੈ, ਜਾਂ ਇੱਥੋਂ ਟੈਕਸੀ ਕਰ ਲੈ ਜਾਂ ਬੱਸ ਵਿੱਚ ਬੈਠ ਕੇ ਚਲਿਆ ਤਾਂ ਮੈਂ ਗੱਡੀ ਵਿੱਚ ਲੈ ਕੇ ਨਹੀਂ ਜਾਂਦਾ। ਐਸਾ ਸਮਾਂ ਆ ਗਿਆ, ਲੇਕਿਨ ਭੁੱਲੋ ਮਤ, ਮੈਂ ਅਰਜ਼ ਕਰਾਂਗਾ ਇਹ ਗੱਲ ਯਾਦ ਰੱਖਿਓ, ਜਿਵੇਂ ਉਹਨੇ ਆਖਿਆ ਸੀ ਕਿ ਮੈਂ ਸਿੱਟ ਕੇ ਗਿਆ ਸਾਂ ਤੇਰਾ ਵੀ ਸੁੱਟੇਗਾ, ਸਮਾਂ ਉਹ ਦੂਰ ਨਹੀਂ ਹੈ। ਅੱਜ ਸਾਡੇ ਬਾਪੂ ਸਾਡੇ ਬਜ਼ੁਰਗ ਬੁੱਢੇ ਹਨ, ਕੱਲ੍ਹ ਅਸੀਂ ਵੀ ਬੁੱਢੇ ਹੋਣਾ। ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨ, ਸਰਵਣ ਭਗਤ, ਭਗਤ ਕਿਉਂ ਆਖਿਆ ਜਾਂਦਾ ਉਹਨੂੰ? ਉਹਨੇ ਕੋਈ ਆਪਣਾ ਘਰ ਛੱਡ ਕੇ ਜੰਗਲਾਂ ਵਿੱਚ ਭਗਤੀ ਨਹੀਂ ਕੀਤੀ, ਉਹਨੇ ਆਪਣੇ ਮਾਪਿਆਂ ਦੀ ਸੇਵਾ ਕੀਤੀ, ਮਾਪਿਆਂ ਦੀ। ਤੇ ਜਦੋਂ ਸਰਵਣ ਦਾ ਜਨਮ ਨਹੀਂ ਸੀ ਨਾ ਹੋਇਆ, ਤੇ ਮਾਪਿਆਂ ਨੇ ਬੜੀ ਘਾਲਣਾ ਘਾਲੀ, ਕਹਿੰਦੇ ਇੱਕ ਦਿਨ ਆਵਾਜ਼ ਆਈ। ਕਿਹੜੀ ਆਵਾਜ਼? ਕਹਿੰਦੇ ਜੇ ਪੁੱਤਰ ਚਾਹੀਦਾ ਹੈ ਤੇ ਤੁਹਾਨੂੰ ਅੱਖਾਂ ਦੀ ਜੋਤ ਗਵਾਉਣੀ ਪਵੇਗੀ। ਸਿਆਣਿਆਂ ਨੇ ਬੜਾ ਸੁੰਦਰ ਕਥਨ ਕੀਤਾ ਹੈ, ਸਿਆਣੇ ਕਹਿੰਦੇ ਦੰਦ ਗਏ ਤੇ ਸਵਾਦ ਗਿਆ, ਕੰਨ ਗਏ ਤੇ ਰਾਗ ਗਿਆ, ਅੱਖਾਂ ਗਈਆਂ ਤੇ ਜਹਾਨ ਗਿਆ। ਅੱਖਾਂ ਤੋਂ ਬਿਨਾਂ ਕੀ ਵੇਖਣਾ ਹੈ? ਬੜਾ ਤਕੜਾ ਸੌਦਾ ਸੀ, ਬੜਾ ਮਹਿੰਗਾ। ਕਹਿੰਦੇ ਜੇ ਪੁੱਤਰ ਚਾਹੀਦਾ ਤੇ ਅੱਖਾਂ ਦੀ ਜੋਤ ਗਵਾਉਣੀ ਪਵੇਗੀ। ਮਾਤਾ ਤੇ ਪਿਤਾ ਦੋਨਾਂ ਨੇ ਸਲਾਹ ਕੀਤੀ। ਸਰਵਣ ਦੀ ਮਾਂ ਨੂੰ ਉਹਦਾ ਪਿਤਾ ਪੁੱਛਦਾ ਸਰਵਣ ਦਾ, ਕਹਿੰਦਾ ਭਗਵਾਨ ਨੇ ਆਵਾਜ਼ ਆਈਏ, ਆਪਾਂ ਨੂੰ ਹੁਕਮ ਹੋਇਆ ਕਿ ਜੇ ਪੁੱਤਰ ਚਾਹੀਦਾ ਤੇ ਅੱਖਾਂ ਦੀ ਜੋਤ ਗਵਾਉਣੀ ਪਵੇਗੀ, ਕਿਵੇਂ ਕਰੀਏ? ਮਾਵਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ, ਆਖਣ ਲੱਗੀ ਪੁੱਤਰ ਮਿਲ ਜਾਵੇ, ਅੱਖਾਂ ਦੀ ਜੋਤ ਜਾਂਦੀ ਤੇ ਜਾਂਦੀ ਰਹੇ, ਆਪਾਂ ਜਹਾਨ ਦੇ ਨਜ਼ਾਰੇ ਵੇਖ ਕੇ ਕੀ ਲੈ। ਆਖ ਦਿੱਤਾ, ਕਹਿੰਦੇ ਅੱਖਾਂ ਦੀ ਜੋਤ ਜਾਂਦੀ ਤੇ ਚਲੀ ਜਾਵੇ, ਸਾਨੂੰ ਪੁੱਤਰ ਚਾਹੀਦਾ ਹੈ। ਹੋਇਆ ਕੀ? ਕਹਿੰਦੇ ਜਿਸ ਦਿਨ ਤੋਂ ਸਰਵਣ ਨੇ